ਗੁਰੂ ਗ੍ਰੰਥ ਮਹਾਰਾਜ ਜੀ ਸਜੇ ਹੋਏ ਨੇ ਤੇ ਸੰਗਤੀ ਰੂਪ ਵਿੱਚ ਸਾਰੇ ਹੋ ਆਣ ਪਹੁੰਚੇ ਸਰਦਾਰ ਜੱਸਾ ਸਿੰਘ ਰਾਮ ਗੜੀਆ ਜੀ ਦੀ ਤੀਜੀ ਜਨਮ ਸ਼ਤਾਬ ਦੀ ਮਨਾਣ ਪਹੁੰਚੇ ਧੁਰ ਕੀ ਬਾਣੀ ਦਾ ਕੀਰਤਨ ਚੱਲ ਰਿਹਾ ਏ ਦਰਬਾਰ ਸਾਹਿਬ ਤੋਂ ਰਾਗੀ ਸਹਿਬਾਨ ਪਹੁੰਚੇ ਸਤਕਾਰਯੋਗ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਦਿੱਲੀ ਕਮੇਟੀ ਦੇ ਆਪ ਪ੍ਰਧਾਨ ਪਹੁੰਚੇ ਦਰਸ਼ਨ ਕਰਿਓ ਉਸ ਮਹਾ ਰਾਜਾ ਵੀ ਸੀ ਸਾਡਾ ਔਰ ਚੜ੍ਹਦੀ ਕਲਾ ਦਾ ਜਰਨੈਲ ਸੁਰਤੀ ਬਿਰਤੀ ਇਕਾਗਰ ਕਰਕੇ ਚੰਦ ਲੈਣਾ ਕਿ ਸਿੱਖਾਂ ਲਈ 18ਵੀਂ ਸਦੀ ਸਾਰੀ ਸਮਾਂ ਆਇਆ ਸੀ ਬੜਾ ਖਰਾਬ ਓਦੋਂ ਅਬਦਾਲੀ ਨਾਦਰ ਤੇ ਜਕਰੀਆ ਖਾਂ ਵਰਗੇ ਮਿੱਧ ਰਹੇ ਸੰ ਫੁੱਲ ਗੁਲਾਬ ਉਦੋਂ ਮੀਰ ਮੰਨੂ ਨੇ ਜ਼ੁਲਮ ਦੀ ਹੱਦ ਕੀਤੀ ਰੰਗੀ ਲਹੂ ਨਾਲ ਧਰਤਾ ਪੰਜਾਬ ਉਦੋਂ ਆ ਸਿੰਘ ਸਿੰਘਣੀਆਂ ਤੇ ਬੱਚੇ ਖਾਲਸੇ ਦੇ ਸ਼ਹੀਦੀ ਪਾ ਗਏ ਬੇ ਹਿਸਾਬ ਉਦੋਂ ਸਿੰਘ ਸਿੰਘਣੀਆਂ ਤੇ ਬੱਚੇ ਖਾਲਸੇ ਦੇ ਸ਼ੀਧੀ ਪਾਗੇ ਬੇਹਿਸਾਬ ਉਦੋਂ ਦੁਸ਼ਟਾਂ ਦੋਖੀਆਂ ਤੇ ਜ਼ੁਲਮ ਸਤਮਕਾਰਾਂ ਹਰ ਇੱਕ ਪਿੰਡ ਬਣਿਆ ਕਤਲਗਾਹ ਉਦੋਂ ਜਿੱਥੇ ਕਿਤੇ ਵੀ ਸਿੱਖ ਕੋਈ ਨજર ਆਉਂਦਾ ਆ ਸਿਰ ਧੜ ਤੋਂ ਦੇਂਦੇ ਸਨ ਲਾਉ ਉਦੋਂ ਪਾਗੇ ਸਿਰਾਂ ਦੇ ਮੁੱਲ ਸਿੱਖ ਖਾਲਸੇ ਦੇ ਘਰ ਘਾਟ ਸਭ ਹੋਏ ਤਬਾਹ ਉਦੋਂ ਓ ਕੇਸਾਂ ਸਵਾਸਾਂ ਨਾਲ ਸਿੱਖੀ ਨਿਭਾਈ ਸਿੰਘਾਂ ਤੇ ਕੀਤੀ ਜਾਨਾਂ ਦੀ ਨਹੀਂ ਪਰਵਾ ਉਦੋਂ ਕੇਸਾਂ ਸਵਾਸਾਂ ਨਾਲ ਸਿੱਖੀ ਨਿਭਾਈ ਸਿੰਘਾਂ ਕੀਤੀ ਜਾਨਾਂ ਦੀ ਨਹੀਂ ਪਰਵਾ ਉਦੋਂ ਦਰਸ਼ਨ ਕਰਿਓ ਸੰਕਟ ਭਰੇ ਇਸ ਵਿਪਤਾ ਦੇ ਸਮੇਂ ਅੰਦਰ ਸੰਕਟ ਭਰੇ ਇਸ ਵਿਪਤਾ ਦੇ ਸਮੇਂ ਅੰਦਰ ਜੱਸਾ ਸਿੰਘ ਸਰਦਾਰ ਦਾ ਜਨਮ ਹੋਇਆ ਹਰ ਰਤ ਪੀਣਿਆਂ ਦੀ ਜੀਨੇ ਰਤ ਪੀਤੀ ਉਸ ਬੰਕੇ ਬਲਕਾਰ ਦਾ ਜਨਮ ਹੋਇਆ ਸਦਾ ਘੋੜੇ ਦੀ ਕਾਠੀ ਤੇ ਰਿਆ ਜਿਹੜਾ ਉਸ ਸਿੱਪਾ ਸਲਾਰ ਦਾ ਜਨਮ ਹੋਇਆ ਉਹ ਸਾਰੀ ਉਮਰ ਜਿਸ ਨੇ ਮਹਿਕ ਵੰਡੀ ਉਸ ਖਿੜੀ ਗੁਲਜ਼ਾਰ ਦਾ ਜਨਮ ਹੋਇਆ ਸਾਰੀ ਉਮਰ ਜਿਸ ਨੇ ਮਹਿਕ ਵੰਡੀ ਉਸ ਖਿੜੀ ਗੁਲਜ਼ਾਰ ਦਾ ਜਨਮ ਹੋਇਆ ਤੇ ਸ਼ਸਤਰ ਵਿਦਿਆ ਸ਼ੁਰੂ ਤੋਂ ਗਈ ਦਿੱਤੀ ਆ ਸ਼ਸਤਰ ਵਿਦਿਆ ਸ਼ੁਰੂ ਤੋਂ ਗਈ ਦਿੱਤੀ ਭਗਵਾਨ ਸਿੰਘ ਦੇ लाडले ਲਾਲ ਤਾਈ ਸਿੱਖੀ ਸਿਧਕ ਨਿਭਾਉਣ ਦੀ ਸਿੱਖਿਆ ਵੀ ਵਿਰਸੇ ਵਿੱਚ ਹੀ ਮਿਲੀ ਸੀ ਬਾਲ ਤਾਈ ਗੁਰਮਤ ਤੇ ਗੁਰਬਾਣੀ ਦੀ ਮਿਲੀ ਗੁੜਤੀ ਛੋਟੀ ਉਮਰ ਚ ਨੌ ਨਿਹਾਲ ਤਾਈ ਅੰਮ੍ਰਿਤ ਛੱਕ ਕੇ ਬਣਿਆ ਜਦ ਗੁਰੂ ਵਾਲਾ ਸਮਝ ਗਿਆ ਉਹ ਸਮੇਂ ਦੀ ਚਾਲ ਤਾਈ ਅੰਮ੍ਰਿਤ ਛੱਕ ਕੇ ਬਣਿਆ ਜਦ ਗੁਰੂ ਵਾਲਾ ਸਮਝ ਗਿਆ ਉਹ ਸਮੇਂ ਦੀ ਚਾਲ ਤਾਈ ਤੇ ਦਲ ਖਾਲਸੇ ਦਾ ਬਣ ਕੇ ਥੰਮ ਉਸਨੇ ਦਲ ਖਾਲਸੇ ਦਾ ਬਣ ਕੇ ਥਾਮਿਓ ਨੇ ਹਮਲਾ ਮਾਰੀਆਂ ਹਰ ਮੈਦਾਨੇ ਅੰਦਰ ਇਹਦੇ ਵਿੱਚ ਸਨ ਸਭ ਸਿਰ ਲੱਥ ਯੋਧੇ ਦੰਤਕ ਜਜਬਾ ਸੀ ਹਰ ਜਵਾਨੇ ਅੰਦਰ ਅਹਿਮਦ ਸ਼ਾਹ ਅਬਦਾਲੀ ਦੀਆਂ ਉਸ ਵੇਲੇ ਧਮਪਈਆਂ ਸਨ ਸਾਰੇ ਜਹਾਨੇ ਅੰਦਰ ਉਹ ਸ਼ੇਰ ਦਿਲ ਜਰਨੈਲ ਸੀ ਏਸ਼ੀਆ ਦਾ ਲੱਖਾਂ ਫੌਜਾਂ ਸਨ ਆਉਂਦੀ ਕਮਾਨੇ ਅੰਦਰ ਹਿੰਦੁਸਤਾਨ ਤੇ ਹਮਲੇ ਤੇ ਕਰ ਹਮਲਾ ਫਤਿਹ ਪਾਈ ਉਸ ਹਰ ਮੈਦਾਨੇ ਅੰਦਰ ਤੇ ਲੁੱਟਮਾਰ ਉਸ ਡਾਢੀ ਮਚਾਈ ਇੱਥੇ ਆਇਆ ਰਿਆ ਸੀ ਬੜੇ ਗੁਮਾਨੇ ਅੰਦਰ ਬਨ ਬਨ ਕੇ ਬਹੂਆਂ ਤੇ ਬੇਟੀਆਂ ਨੂੰ ਲਿਜਾ ਰਿਆ ਸੀ ਉਹ afghanistan ਦੇ ਅੰਦਰ ਓਏ ਇਧਰ ਸਿੰਘ ਵੀ ਤਲੀ ਤੇ ਸੀਸ ਧਰ ਕੇ ਨਿਤਰ ਪੈਸਨ ਰਣ ਮੈਦਾਨੇ ਅੰਦਰ ਇਧਰ ਸਿੰਘ ਵੀ ਤਲੀ ਤੇ ਸੀਸ ਧਰ ਕੇ ਨਿਤਰ ਪੈਸਨ ਰਣ ਮੈਦਾਨੇ ਅੰਦਰ ਰੋ ਭਰੀਆਂ ਤਲਵਾਰਾਂ ਨੇ ਉਸ ਵੇਲੇ ਆ ਰੋ ਭਰੀਆਂ ਤਲਵਾਰਾਂ ਨੇ ਉਸ ਵੇਲੇ ਉੱਸਲ ਵਟੇ ਸਨ ਲੈ ਮਿਆਨੇ ਅੰਦਰ ਰਾਮ ਗੜੀਆਂ ਕਨਈਆ ਤੇ ਸ਼ੁਕਰ ਚੱਕੀਆਂ ਆਲੂ ਵਾਲੀਆ ਦੀ ਕਮਾਨੇ ਅੰਦਰ ਸੋਚ ਸਮਝ ਕੇ ਬੜੇ ਧਿਆਨ ਦੇ ਨਾਲ ਖੇਡਣ ਮੌਤ ਨਾਲ ਲੱਗੇ ਮੈਦਾਨੇ ਅੰਦਰ ਤੇ ਫਤਿਹ ਉੱਤੇ ਅਸੀਂ ਸਿੰਘਾਂ ਨੇ ਫਤਿਹ ਪਾਈ ਹਾਰ ਗਿਆ ਅਬਦਾਲੀ ਮੈਦਾਨੇ ਅੰਦਰ ਫਤਿਹ ਉੱਤੇ ਸੀ ਸਿੰਘਾਂ ਨੇ ਫਤਿਹ ਪਾਈ ਹਾਰ ਗਿਆ ਅਬਦਾਲੀ ਮੈਦਾਨੇ ਅੰਦਰ ਖਾਲਸਾ ਜੀ ਵਾਲੀ ਛੋਟੀ ਜੀ ਗਲ ਤੇ ਦਿਲ ਛੋਟਾ ਕਰ ਲੈਨੇ ਆ ਐ ਦਰਸ਼ਨ ਕਰਿਓ ਆਪਣੇ ਪਿਤਰਾਂ ਦੇ ਬਜ਼ੁਰਗਾਂ ਦੇ ਵੱਡਿਆਂ ਦੇ ਕਿ ਅੱਧੀ ਰਾਤ ਨੂੰ ਦੁਸ਼ਮਣ ਤੇ ਕਰ ਹਮਲਾ ਸੁੱਤਿਆਂ ਤਾਂ ਹੀ ਜਗਾਇਆ ਸੀ ਖਾਲਸੇ ਨੇ ਅਬਦਾਲੀ ਜੈ ਲੁਟੇਰੇ ਨੂੰ ਲੁੱਟ ਕੇ ਤੇ ਜੰਗਾ ਸਭ ਕੁ ਸਿਖਾਇਆ ਸੀ ਖਾਲਸੇ ਨੇ ਜਿਹੜੇ ਹੁੰਦੇ ਸਨ ਇੱਦਰ ਨੂੰ ਮੂੰਹ ਚੱਕੀ ਉਹਨਾਂ ਤਾਈਂ ਪੁਝਾਇਆ ਸੀ ਖਾਲਸੇ ਨੇ ਉਹ ਬਹੁ ਬੇਟੀਆਂ ਤਾਈਂ ਛੁਡਾ ਕੇ ਤੇ ਘਰੋਂ ਘਰੀ ਪਹੁੰਚਾਇਆ ਸੀ ਖਾਲਸੇ ਨੇ ਕਿ ਉਸ ਕਾਰਜ ਨੂੰ ਗੁਰੂ ਸਿ ਆਪ ਕਰਦਾ ਉਸ ਕਾਰਜ ਨੂੰ ਗੁਰੂ ਸਿ ਆਪ ਕਰਦਾ ਜਿਹੜਾ ਦਿਲ ਚ ਤੈ ਲੈਂਦਾ ਸੀ ਧਾਰ ਯੋਦਾ ਬਾਜਵਾੰਸ ਦੀ ਝਪਟਦਾ ਦੁਸ਼ਮਣਾਂ ਤੇ ਰੋਹ ਭਰੀ ਲੈ ਹੱਥ ਤਲਵਾਰ ਯੋਦਾ ਸਮੇ ਸਮੇ ਤੇ ਸੰਕਟ ਦੇ ਸਾਗਰਾਂ ਚੋਂ ਹੋਇਆ ਹੌਸਲੇ ਨਾਲ ਸੀ ਪਾਰ ਯੋਦਾ ਉਹ ਲਾਲ ਕਿਲੇ ਨੂੰ ਕੀਤਾ ਸੀ ਫਤਿਹ ਜੀ ਨੇ ਸੀ ਸਰਦਾਰਾਂ ਦਾ ਉਹ ਸਰਦਾਰ ਯੋਦਾ ਲਾਲ ਕਿਲੇ ਨੂੰ ਕੀਤਾ ਸੀ ਫਤਿਹ ਜੀ ਨੇ ਸੀ ਸਰਦਾਰਾਂ ਦਾ ਉਹ ਸਰਦਾਰ ਯੋਧਾ